ਮੁਕਾਬਲੇ ਚ ਹਰ ਦਫਾ ਜਿਹੜਾ ਨਾਲ ਲੈ ਕੇ ਜਾਜਣਾ ਉਹੀ ਫਤਲ ਹੁੰਦਾ ਪੁਲਿਸ ਵਾਲਿਆਂ ਨੂੰ ਕਦੀ ਕੋਈ ਫਾਇਰ ਯੇ ਜ਼ਖਮੀ ਨਹੀਂ ਇਹਦੀ ਆਵਾਮ ਪੁੱਛਣਾ ਚਾਹੀਦੀ ਮੇਰਾ ਸਵਾਲ ਨਹੀਂ ਬੜੇ ਤੇਜ਼ੋ ਸੀ ਅੱਛਾ ਮੇਰੀ ਗੱਲ ਸੁਣੋ ਮੇਰੀ ਗੱਦਾ ਜਵਾਬ ਦੇ ਦਿਓ ਉਹ ਤੁਸੀਂ ਕੈਸੇ ਨਮਕੂਲ ਇਨਸਾਨ ਹੋ ਯਾਰ ਤੁਸੀਂ ਕਿਹੜੀ ਮੁਲਕ ਨਾਲ ਤੱਲਕ ਰੱਖਦੇ ਹੋ ਕਿਹੜੀ ਕੌਮੀਅਤ ਦਾ ਤੁਹਾਡੀ ਆਪਣੇ ਤੁਸੀਂ ਜਵਾਨਾਂ ਦੀ ਸ਼ਹਾਦਤ ਮੰਗਦੇ ਹੋ ਸਿਰਫ ਇਸ ਪੁਲ ਉਪਰ ਮੁਕਾਬਲੇ ਨੂੰ ਸੱਚਾ ਸਾਬਤ ਕਰਨ ਲਈ ਇਹ ਕੈਸੀ ਗੱਲ ਹੈ ਯਾਰ ਦੇਖੋ ਪੁਲਿਸ ਵਾਲੇ ਟ੍ਰੇਨਿੰਗ ਲੈ ਕੇ ਜਾਂਦੇ ਨੇ ਉਹਨਾਂ ਨੂੰ ਪਤਾ ਇਧਰੋਂ ਗੋਲੀਆਂ ਨਹੀਂ ਇਧਰੋਂ ਲਟਕਣਾ ਉਹਨਾਂ ਨੂੰ ਪਤਾ ਥੱਲੋਂ ਹੀ ਫਾਇਰਾਂ ਛਲਾਂਗ ਮਾਰ ਕੇ ਉੱਚੀ ਹੋਣਾ ਆਮ ਆਦਮੀ ਨੂੰ ਗੱਲਾਂ ਦਾ ਨਹੀਂ ਪਤਾ ਹੁੰਦਾ ਉਹ ਪੁਲਿਸ ਵਾਲੇ ਸਿਆਲੇ ਨੌਕਰੀਆਂ ਕਰਕੇ ਕਿਉਂਦੇ ਫਾਇਰ ਆ ਰਿਹਾ ਹੁੰਦਾ ਤੇ ਫਾਇਰ ਆਇਆ ਉਧਰ ਨੂੰ ਜਾਂਦੇ ਨੇ ਇਧਰੋਂ ਆਉਂਦੇ ਇਧਰ ਨੂੰ ਆਉਂਦੇ ਉਹ ਐਂ ਚੇਂਜ ਕਰਕੇ ਆਪਣੇ ਨੂੰ ਬਚਾ ਲੈਂਦੇ ਨੇ ਮੁੜ ਕੇ ਸੀ ਕਹਿੰਦੇ ਸ਼ਹੀਦ ਕਿਉਂ ਨਹੀਂ ਆਇਆ ਇਹ ਪੁਲਿਸ ਬਹੁਤ ਅੱਛਾ ਕੰਮ ਕਰੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਆਵਾਮ ਵੀ ਐਪਰੀਸ਼ੀਏਟ ਕਰ ਰਹੀ ਲੇਕਿਨ ਆਵਾਮ ਇਹ ਪੁੱਛਣਾ ਚਾਹ ਰਹੀ ਪਬਲਿਕ ਪੁੱਛਣਾ ਚਾ ਜਾਵੇਂ ਕਿ ਤੀਫੀ ਬੱਟ ਸਾਬ ਨੇ ਗੋਗੀ ਬੱਟ ਸਾਬ ਨੇ ਅਸੀਂ ਰਿਸਪੈਕਟ ਕਰਦੇ ਕਿਉਂਕਿ ਅਸੀਂ ਨੇ ਕਿਸੇ ਨੂੰ ਬੁਰਾ ਕਹਿੰਦੇ ਠੀਕ ਹੈ ਨਾ ਇਸ ਤਰ੍ਹਾਂ ਦੀ ਜੇ ਵੱਡੇ ਥਾਮ ਨੇ ਇਹਨਾਂ ਦੇ ਨਾਲ ਪੁਲਿਸ ਮੁਕਾਬਲਾ ਕਦੀ ਨਹੀਂ ਹੋਇਆ ਇਹਦੀ ਕੀ ਵਜ੍ਹਾ ਹੈ ਇਹਦੀ ਵਜ੍ਹਾ ਹੈ ਕਿ ਅਜੇ ਤੱਕ ਐਸ ਤਰ੍ਹਾਂ ਫੜੇ ਨਹੀਂ ਜਗੇ ਹਮ ਐ ਇਸ ਕੇਸ ਗ੍ਰਫਤਾਰ ਜੇ ਹੋਣਗੇ ਪੁਲਿਸ ਇਹਨਾਂ ਨੂੰ ਵੀ ਨਕਸ਼ੇ ਦੇ ਲਈ ਜਾਏਗੀ ਪੁਲਿਸ ਇਹਨਾਂ ਨੂੰ ਵੀ ਬਕੂਏ ਦੇ ਲਈ ਜਾਏਗੀ ਪੁਲਿਸ ਇਹਨਾਂ ਨੂੰ ਵੀ ਉਹ ਫ੍ਰੈਂਡ ਡੀਲ ਕਰਾਈ ਜਿਸ ਤਰ੍ਹਾਂ ਦੂਸਰੀ ਦੁਨੀਆ ਨਾਲ ਡੀਲ ਕੀਤਾ ਜਾਂਦਾ ਪਰ ਨਾਲੇ ਤਾਂ ਇੱਕ ਮਜ਼ੇਦਾਰੀ ਗੱਲ ਦੱਸਾਂ ਇਹ ਗੱਲ ਤੁਸੀਂ ਆਪਣੇ ਨਾ ਇਸ ਖਾਨੇ 'ਚੋਂ ਕੱਢ ਦਿਓ ਇਹ ਹੁਣ ਉਹ ਪ ਤੁਸੀਂ ਇਹ ਗੱਲ ਆਪਣੇ ਦਿਮਾਗ ਚੋਂ ਕੱਢ ਦਿਓ ਕਿ 1910 2010 ਦਾ ਜਾਂ 2006 ਦਾ ਦੌਰ ਹੈ ਐ 2024 ਜਾ ਰਿਹਾ ਹੈ ਡਿਜੀਟਲ ਟੈਕਨੋਲੋਜੀ ਹੈ ਇੱਥੇ ਆ ਕੇ ਝੂਠ ਸੱਚ ਨਹੀਂ ਇਹ ਚੱਲਦਾ ਇੱਥੇ ਤੁਸੀਂ ਜਿਹੜੀ ਗੱਲ ਕਰਨੀ ਨਾ ਤੁਹਾਨੂੰ ਇੱਕ ਮਜ਼ਹਰ ਗੱਲ ਦੱਸਾਂ ਤੁਹਾਨੂੰ ਪਤਾ ਲੱਗੇ ਕਿ ਐਸਨ ਸ਼ਾਹ ਨੂੰ ਕਿਸ ਬੰਦੇ ਨੇ ਨਹਾਇਆ ਹੈ ਮਰਦਾਂ ਕਿਹਨੇ ਨਹਾਇਆ ਹੈ ਤੁਸੀਂ ਉਹਦੇ ਕੋਲ ਕੀ ਕਰੋ ਜਾਓਗੇ ਇੰਟਰਵਿਊ ਕਰੋਗੇ ਮੈਂ ਲੱਭ ਰਿਹਾ ਮੈਂ ਲੱਭ ਨਹੀਂ ਰਿਹਾ ਲੱਭ ਰਿਹਾ ਮੈਂ ਤੇ ਗੋਰਕੰਦ ਵੀ ਲੱਭ ਰਿਹਾ ਜਿੰਨੇ ਦਫਨਾਇਆ ਉਹ ਕਿਉਂ ਉਹਦੇ ਕੋਲ ਜਾਣਾ ਚਾਹੁੰਦੇ ਹੋ ਕਿ ਉਹਨੂੰ ਮੈਂ ਪੁੱਛਾਂਗਾ ਜਿਹੜਾ ਉਹਨੂੰ ਕਬਰ ਚ ਪਾਇਆ ਜਦੋਂ ਕਬਰ ਖੋਦੀ ਮਿੱਟੀ ਦੇ ਨਹੀਂ ਸੀ ਡਿੱਗਦੀ ਵੀ ਥੱਲੇ ਜਦੋਂ ਕਬਰ ਚ ਰੱਖਿਆ ਥੱਲੋਂ ਕੋਵਾ ਦਾ ਨਹੀਂ ਹੈ ਇਹ ਸਵਾਲ ਕਰਨੇ ਚਾਹਦੇ ਹੋ ਨਾ ਹਾਂਜੀ ਇਹੋ ਚੀਜ਼ ਸਾਡੇ ਚ ਇਹ ਕੀੜਾ ਸਾਡੇ ਚ ਅਸੀਂ ਯੂਟਿਊਬਰਾਂ ਅਸੀਂ ਜਿਹੜਾ ਨਾ ਬਾਲ ਦੀ ਖੱਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੀ ਗੱਲ ਸੁਣੋ ਡਿਜੀਟਲ ਟੈਕਨੋਲੋਜੀ ਹੈ ਬਾਇ ਇਖਤਿਆਰਾਂ ਤੁਸੀਂ ਬੇਲਗਾਮ ਘੋੜੇ ਹੋ ਮੈਂ ਬੇਲਗਾਮ ਘੋੜਾ ਤੇ ਦਰਜਨਾ ਲੈਣਾ ਹੀ ਲੱਗੇ ਤਗੜਾ 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 ਹੋ ਰਹੀ ਐਥੇ ਕੋਈ ਕੰਮ ਨਹੀਂ ਇਹ ਲੁਕਿਆ ਰਹਿ ਸਕਦਾ ਜੇ ਆ ਮੁਕਾਬਲਾ ਹੋਇਆ ਨਾ ਝੂਠਾ ਤੇ ਮੰਜ਼ਰ ਤੇ ਆ ਜਾਏਗਾ ਇਹ ਤੁਹਾਨੂੰ ਕੀ ਲੱਗਦਾ ਐ ਸੰਸ਼ਾਹ ਤੋਂ ਬਾਅਦ ਉਹਦੇ ਭਰਾਵਾਂ ਦੀ ਵਾਰੀ ਆਣ ਲਈ ਉਹ ਵਾਰੀ ਜੇ ਲੈਣ ਚ ਲੱਗ ਬਏ ਜਿਹੇ ਤੇ ਉਹ ਪੁਲਿਸ ਨੇ ਫੜ ਲੈਣਾ ਤੇ ਆ ਵੀ ਗਏ ਵਿਚਾਰੇ ਪੁਲਿਸ ਮੁਕਾਬਲਾ ਮਾਰੇ ਜਾਣ ਗਿਆ ਇਹਨਾਂ ਨੂੰ ਪੁਲਿਸ ਨੇ ਛੱਡੀ ਤੁਸੀਂ ਕਨਫਰਮ ਗੱਲ ਕਰ ਰਹੇ ਹੋ ਦੇਖੋ ਗੱਲ ਸੁਣੋ ਐਫ ਆਈ ਆਰ ਦੇ ਮੁਤਾਬਕ ਮੈਂ ਉੱਥੇ ਹੀ ਰਹਿਣਾ ਨਾ ਐਫ ਆਈ ਆਰ ਦੇ ਮੁਤਾਬਕ ਉਹਨਾਂ ਨੇ ਪੁਲਿਸ ਉੱਤੇ ਆਥੀ ਹਥਿਆਲੇ ਨਾਲ ਫਾਇਰਿੰਗ ਕੀਤੀ ਹੈ ਬੇਸ਼ੱਕ ਉਹਨਾਂ ਦਾ ਭਰਾ ਹੀ ਮਾਰਿਆ ਗਿਆ ਐਫ ਆਈ ਆਰ ਦੇ ਮੁਤਾਬਕ ਤੇ ਲੇਕਿਨ ਪੁਲਿਸ ਵਾਲੇ ਨੇ ਛੱਡਣਗੇ जिन्ना ने पुलिस ते भ्रष्ट दागरे पहले के जबीला ना आ रहा थी हुन थोड़ा नाम علیحدہ ہو گیا کیونکہ ਉਹਨੂੰ پولیس ਦੇ ਨਾ এজেন্সিਂ ਦੇਤਾ ਹੈ ਕਿਉਂਕਿ देखो हाई एक्सप्लोसिव ਜਿਹੜਾ ਨਾ ਸੌਦਾ ਫੜਿਆ ਗਿਆ ਹੈ ਬਦਮਾਕਾ ਖੇਤ ਮواد ਜਿਹਦੇ ਨਾਲ جیل ਦੀ ਦੀਵਾਰ ਉਡਾਈ ਜਾਣੀ ਸੀ ਇਹਨਾਂ ਨੇ جیل ਤੇ ਹਮਲਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਹੁਣ ਪਤਾ ਨਹੀਂ ਉਹ ਜਬੀਉੱਲਾ ਇਸ ਮੁਕਾਬਲੇ ਦੀ ਕਿੜੀ ਹੈ ਯਾ ਕੋ ਬਾਰੋਂ ਕਿਸੇ ਹੋਰ ਕੇ ਇਸ ਬੜਿਆ ਗਿਆ ਉਹ ਵੀ ਤਫਤੀਸ਼ ਹੋएगी ਸਾਹਮਣੇ ਹੈਗਾ ਲੇਕਿਨ ਨਾਮ ਯਾਦ ਰੱਖਣਾ ਜਬੀਉੱਲਾ ਜਬੀਉੱਲਾ